ਅੱਲਾ ਸੁਣੋ, ਤੂੰ ਵਾਕਿਆ ਚ ਕਲਾਨੇ ਆ ਅੱਗੇ ਵੀ। ਹਾਂਜੀ ਸੁਣੋ, ਬਿਲਕੁਲ ਯਾਰ, ਬਾਕੀ ਦੁੱਕੀ ਤਿੱਕੀ ਦੀ ਕੋਈ ਪਰਵਾਹ ਨਹੀਂ ਕਰਨੀ, ਸਭ ਦੁੱਕੀ ਤਿੱਕੀ ਆ। ਤੂੰ ਸਟੇਜ ਦੇ ਵਿਚ ਤਾਂ ਬੜਾ ਵੱਡਾ ਸੁੱਚਾ ਸੂਰਮਾ ਬਣ ਕੇ ਆਉਣਾ, ਤੇ ਬਾਅਦ ਵਿਚ ਤੂੰ ਮੌਤ ਵੀ ਝੱਟੇ ਹੀ ਜਾਣਾ। ਫੇਰ ਡੀਜੇ ਉੱਤੇ ਗਾਣਾ, ਮੈਂ ਆਪਣਾ ਕੋਈ ਵੀਡੀਓ ਦਾ ਇੰਨਾ ਕੁ ਕਲਿੱਪ ਕੱਢਦਾ, ਮੈਂ ਉੱਦਾਂ ਹੀ ਪਹਿਚਾਣ ਲੂ। ਤੈਨੂੰ ਸਭ ਪਤਾ ਸੀ, ਕਿਉਂਕਿ ਤੈਨੂੰ ਪਤਾ ਲੋਕ ਮੂਰਖ ਨੇ, ਮਾਫੀ ਮੰਗ ਲੋ ਮੰਨ ਜਾਂਦੇ ਨੇ। ਮੂਸੇ ਵਾਲਿਆ, ਤੈਨੂੰ ਮੈਂ ਦੱਸਾਂਗਾ ਕਿ ਅਸਲ ਦੇ ਵਿਚ ਮਾਫੀ ਮੰਗੀ ਦੀ ਕਿੱਦਾਂ ਏ। ਅਖੇ ਟੈਮ ਨਹੀਂ ਓ ਬੀਬਾ ਸਾਡਾ ਡੰਡਾ ਚੱਲਦਾ, ਐਵੇਂ ਨਹੀਂ ਓ ਲੋਕੀ ਖਾਲੀ ਰਾਹ ਕਰਦੇ, ਸਾਡਾ ਚੱਲਦਾ ਏ ਧੱਕਾ, ਅਸੀਂ ਤਾਂ ਕਰਦੇ। ਲੋ ਗਾਤਾ ਫਿਰ ਲਾ ਜੀ, ਚੱਕਦੇ ਫੱਟੇ ਸਿੱਧੂ ਮੂਸੇ ਵਾਲਿਆ, ਵੈਰੀ ਗੁੱਡ। ਹਲੋ ਸੁਣੋ, ਹਾਂਜੀ ਉਹਦੇ ਉਨੇ ਲੀੜੇ ਪਾੜਦਾ ਮੇਰਾ ਵੀਰ, ਚੱਕਦੇ ਮੈਂ ਤੇਰੇ ਨਾਲ ਹੀ ਆ, ਚੱਕਦੇ ਇੱਥੇ ਕੋਈ ਅਸਰ ਨਹੀਂ, ਛਾਤੀ ਠੋਕ ਕੇ ਕਹਿ ਰਿਹਾ ਏ ਮੇਰਾ ਵੀਰ। ਹਾਂਜੀ ਹਾਂਜੀ, ਐਂ ਚੱਲੂਗਾ ਜੀ ਹੁਣ ਤਾਂ ਕੰਮ, ਕੋਈ ਮਤਲਬ ਨਹੀਂ ਏ। ਆ ਲਓ ਅੱਗੇ ਵੀ। ਹਾਂਜੀ ਸੁਣੋ, ਬਿਲਕੁਲ ਯਾਰ, ਬਾਕੀ ਦੁੱਕੀ ਤਿੱਕੀ ਦੀ ਕੋਈ ਪਰਵਾਹ ਨਹੀਂ ਕਰਨੀ, ਸਭ ਦੁੱਕੀ ਤਿੱਕੀ ਆ। ਬਸ ਕਿਆ ਗੱਲਬਾਤ ਆ ਮੇਰੇ ਵੀਰ ਚ, ਫਿਰ ਤੁਸੀਂ ਦੇਖਿਓ ਆ ਅੱਗੇ ਦਿਖਾਉਣਾ ਐਂਟਰੀ ਕਿਤੇ ਸਟੇਜ ਦੇ ਉੱਤੇ ਜ਼ਬਰਦਸਤ। ਆ ਦੇਖੋ ਜਰਾ, ਜੱਟ ਨੂੰ ਆਸਟ੍ਰੇਲੀਅਨ ਪੁਲਿਸ ਛੱਡ ਕੇ ਗਈ ਆ, ਆਸਟ੍ਰੇਲੀਅਨ ਪੁਲਿਸ। ਆ ਦੇਖੋ ਜਰਾ, ਇਦਾਂ ਥੋੜੀ ਏ। ਆ ਦੇਖੋ ਜੀ ਐਂਟਰੀ, ਵਧੀਆ ਤਰੀਕੇ ਦੀ। ਆਸਟ੍ਰੇਲੀਅਨ ਪੁਲਿਸ ਨੇ ਸਟੇਜ ਤੇ ਲਿਜਾ ਕੇ ਹੱਥ ਕੜੀ ਲਾਈ ਏ। ਉਹ ਇਹਨਾਂ ਨੂੰ ਕੀ ਪਤਾ ਵੀਰੇ, ਮੈਂ ਹੀ ਦੱਸ ਦਿੰਦਾ ਤੇਰੇ ਵੱਲੋਂ ਕਿ ਇਹ ਇੱਕ ਮੈਸੇਜ ਆ ਤੁਹਾਡੇ ਵਾਸਤੇ। ਦੇਖੋ ਐਂਟਰੀ, ਪੰਜਾਬ ਪੁਲਿਸ ਨੂੰ ਤਾਂ ਲਾਗੇ ਨਾ ਲੱਗਣ ਦੇਵੇ ਮੇਰਾ ਵੀਰ। ਬਹੁਤ ਹੀ ਵਧੀਆ ਐਂਟਰੀ, ਵੈਰੀ ਗੁੱਡ। ਅੱਗੇ ਚੱਲਦੇ ਹਾਂ, ਗੱਲਬਾਤ ਆ ਮੇਰੇ ਵੀਰ ਚ ਪੂਰੀ ਭਾਈ। ਤੇ ਮੰਨਦਾ ਮੇਰਾ ਵੀਰ ਕਿਤੇ, ਗਾਈ ਦਿੱਤਾ ਫੇਰ ਇੱਕ ਵਾਰੀ ਗਾਣਾ ਸਟੇਜ ਤੇ, ਚਾਹੇ ਪਿੱਛੇ ਡੀਜੇ ਹੀ ਸਹੀ ਲੱਗਾ। ਆ ਲਓ ਉਹ ਚ ਕੀ ਆ, ਅਸੀਂ ਬਾਅਦ ਵਿਚ ਆ ਕੇ ਏਦਾਂ ਮਾਫੀ ਮੰਗ ਲੈਣੀ, ਲੋਕਾਂ ਨੂੰ ਬੜਾ ਪਤਾ। ਹਾਂਜੀ ਹਾਂਜੀ, ਬੰਦਾ ਹੀ ਕਰਤਾ ਜੀ, ਹੱਥ ਚ ਮੇਰੇ ਮੈਕ ਸੀ, ਮੇਰਾ ਵੀਰ ਕਿਤੇ ਰੋਕ ਨੀ ਸੀ ਸਕਦਾ, ਉਦਾਂ ਹੀ ਬੋਲ ਕੇ ਰੋਕ ਸਕਦਾ ਸੀ, ਜੋ ਕਰਤਾ ਚਲਾ ਤਾ। ਹਾਂ ਬਿਲਕੁਲ, ਇਹ ਐਵੇਂ ਜੀ ਲੋਕੀ ਬਸ। ਹਾਂਜੀ ਲਵ ਯੂ ਜੱਟੋ, ਬਸ ਜੱਟੋ। ਪਰ ਵੀਰ ਬਾਕੀਆਂ ਨੂੰ ਵੀ ਕਹਿ ਦਿਆ ਕਰ ਯਾਰ, ਅੱਗੇ ਚੱਲਦੇ। ਤੇ ਮੈਂ ਹਨਾ ਆ ਇੱਕ ਗੱਲ ਏਦਾਂ ਕਦੇ ਬੰਦਿਆਂ ਨੂੰ ਕਹਿ ਦੇਣੀ ਚਾਹੁੰਦਾ ਜਿਹੜੇ ਸਟੇਜਾਂ ਉੱਤੇ ਚੜ ਜਾਂਦੇ ਮੇਰੇ ਵੀਰ ਕੋਲ ਜਾ ਕੇ, ਕਿ ਗੱਲ ਸੁਣ ਲਓ ਮੇਰੀ, ਏਦਾਂ ਨਾ ਚੜਿਆ ਕਰੋ ਸਟੇਜਾਂ ਤੇ। ਤੁਸੀਂ ਕੀ ਸੋਚਦੇ ਆ ਕਿ ਮੇਰਾ ਵੀਰ ਤੁਹਾਡੇ ਨਾਲ ਫੋਟੋ ਖਿਚਾ ਨਹੀਂ ਸੀ ਸਕਦਾ? 2 ਮਿੰਟ ਲਾਤੇ ਤੈਨੂੰ ਸਮਝਾਉਣ ਨੂੰ, ਨਹੀਂ ਤਾਂ 1 ਸਕਿੰਟ ਚ ਫੋਟੋ ਖਿੱਚੀ ਜਾਂਦੀ ਆ। ਏਦਾਂ ਜਣੇ ਖਣੇ ਨਾਲ ਨਹੀਂ ਖਿਚਾਉਂਦਾ ਮੇਰਾ ਵੀਰ ਫੋਟੋਆਂ। ਆਹੋ ਏਦਾਂ ਨਾ ਚੜਿਆ ਕਰੋ, ਅੱਗੇ ਚੱਲਦੇ ਜੀ। ਤੇ ਚਲੋ ਛੱਡੋ, ਬਹੁਤ ਹੋ ਗਿਆ, ਹੁਣ ਆਪਣੇ ਕਰੈਕਟਰ ਵਿਚ ਆਈਏ। ਸਿੱਧੂ ਮੂਸੇ ਵਾਲਿਆ, ਮੈਂ ਸਮਝਦਾ ਕਿ ਤੂੰ ਵਾਕਿਆ ਚ ਕਲਾਨੇ ਆ, ਆ ਸੁਣੋ ਕਿਉਂ। ਆ ਲੋ ਇਹ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ, ਅਤੇ ਨਾਲ ਹੀ ਆਪਣੇ ਆਪ ਨੂੰ ਗਾਲ ਕੱਢ ਕੇ ਬਦ ਦਿਮਾਗ ਵਾਲਾ ਬੰਦਾ ਦੱਸਿਆ। ਲੋ ਜੀ, ਸਭ ਤੋਂ ਪਹਿਲਾਂ ਤਾਂ
ਸਿੱਧੂ ਆ ਮੈਨੂੰ ਦੱਸ ਪਿਆ ਜੋ ਤੂੰ ਲਵਜ ਸਟੇਜ ਤੇ ਇਹੋ ਜਿਹਾ ਗੰਦਾ ਬੋਲਿਆ ਇਹਦਾ ਮਤਲਬ ਕੀ ਏ ਵੀ ਇਸ ਗੱਲ ਦਾ ਜਵਾਬ ਦੇ ਫਿਰ ਅੰਬੜਾ ਜਿਹਾ ਸੁਣ ਉਹਦੇ ਉਨੇ ਹੀ ਲੀੜੇ ਪਾੜਦਾ ਵੈਰੀ ਗੁੱਡ ਜਾਣੀ ਛਾਤੀ ਠੋਕ ਕੇ ਕਹਿ ਰਿਹਾ ਦਿਲ ਤੇ ਹੱਥ ਰੱਖ ਕੇ ਕਿ ਇੱਥੇ ਕੋਈ ਅਸਰ ਨਹੀਂ ਮੇਰੇ ਵੀਰੋ ਦੱਸੋ ਕਿ ਇਹ ਇਹਦਾ ਹੰਕਾਰ ਨਹੀਂ ਹੈ ਘਮੰਡ ਨਹੀਂ ਹੈ ਯਾਰ ਹੱਦ ਹੋ ਗਈ ਆ ਫਿਰ ਤੂੰ ਇਹ ਦੇਖ ਮੈਨੂੰ ਦੱਸ ਆ ਜਿਸ ਸੁਰ ਦੇ ਵਿੱਚ ਤੂੰ ਸਟੇਜ ਦੇ ਵਿੱਚ ਤਾਂ ਬੜਾ ਵੱਡਾ ਸੁੱਚਾ ਸੂਰਮਾ ਬਣ ਕੇ ਆਉਂਦਾ ਤੇ ਬਾਅਦ ਵਿੱਚ ਤੂੰ ਮੂਤ ਵੀ ਝੱਟੇ ਹੀ ਜਾਂਦਾ ਆ ਸੁਣੀਓ ਜਰਾ ਤੇ ਫਿਰ ਤੂੰ ਲਾਈਵ ਹੋ ਕੇ ਕਹਿੰਦਾ ਆ ਕਿ ਜੇ ਅਪਮਾਨ ਕੀਤਾ ਤਾਂ ਮਾਫ਼ੀ ਆ ਸੁਣੋ ਦੇਖ ਮਾਫ਼ੀ ਵੀ ਕਿੱਦਾਂ ਨਿਕਲਿਆ ਤੇਰੇ ਮੂੰਹੋਂ ਚਲੋ ਖੈਰ ਜਾਣੀ ਏਦਾਂ ਮਾਫ਼ੀ ਮੰਗ ਲੈਂਦੇ ਆ ਤੇ ਯਾਰ ਤੇਰਾ ਕੋਈ ਸਟੈਂਡ ਵੀ ਹੈਗਾ ਹੈ ਫਿਰ ਵੀਰੋ ਤੁਸੀਂ ਇਹ ਦੇਖੋ ਕਿ ਇਹ ਕਹਿੰਦਾ ਕਿ ਗੋਰਿਆਂ ਤੇ ਕਾਲਿਆਂ ਨੂੰ ਤਾਂ ਮੇਰੇ ਗਾਣੇ ਤੋਂ ਪਤਾ ਲੱਗਾ ਪੱਗ ਕੀ ਏ ਉਦਾਂ ਉਹਨਾਂ ਨੂੰ ਕਿੱਥੇ ਪਤਾ ਸੀ ਕਿ ਪੱਗ ਕੀ ਏ ਉਹ ਬੱਲੇ ਉਹ ਤੇਰੇ ਬੱਲੇ ਉਹ ਤੇਰੇ ਕਾਹਨੂੰ ਪਤਾ ਸੀ ਗੋਰਿਆਂ ਨੂੰ ਕਿ ਸਾਡੇ ਜਿਹੜੇ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰੀ ਆਫ ਕੈਨੇਡਾ ਕਿ ਉਹ ਸਰਦਾਰ ਆ ਗੋਰਿਆਂ ਨੂੰ ਕੀ ਪਤਾ ਫਿਰ ਸਾਡੇ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਉਹਨਾਂ ਨੂੰ ਵੀ ਕਿੱਥੇ ਕੋਈ ਗੋਰੇ ਜਾਣਦੇ ਆ ਕਿ ਨਹੀਂ ਜੀ ਤੇ ਆ ਸਾਡੇ ਹੁਣ ਕੈਨੇਡਾ ਦੇ ਮਿਨਿਸਟਰ ਜਗਮੀਤ ਸਿੰਘ ਕਿੱਥੇ ਪਤਾ ਗੋਰਿਆਂ ਤੇ ਕਾਲਿਆਂ ਨੂੰ ਤੂੰ ਹੀ ਆ ਗਿਆ ਸੁਣੋ ਜਰਾ ਕਹਿੰਦਾ ਮੇਰੇ ਏਕੇ 47 ਵਾਲੇ ਗਾਣੇ ਤੋਂ ਪੱਗ ਦੀ ਪਹਿਚਾਣ ਹੋਈ ਵਾਹ ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਤੇਰੀ ਇਸ ਗੱਲ ਨਾਲ ਇਸ ਤੋਂ ਵੱਧ ਕੀ ਕਰੀਏ ਵਾਹ ਇੱਕ ਵਾਰੀ ਫੇਰ ਸੁਣ ਲੋ ਇਹ ਤੋਂ ਵੱਧ ਕੀ ਕਰੀਏ ਜਾਣੀ ਪੱਗ ਦੀ ਪਹਿਚਾਣ ਤੇਰੇ 47 ਵਾਲੇ ਗਾਣੇ ਤੋਂ ਹੋਈ ਏ ਉਦਾਂ ਤੇ ਕਾਹਨੂੰ ਜਾਣਦੇ ਆ ਗੋਰੇ ਤੇ ਕਾਲੇ ਸਾਨੂੰ ਚਲੋ ਅੱਗੇ ਚੱਲਦੇ ਫਿਰ ਤੂੰ ਕਹਿੰਦਾ ਕਿ ਡੀਜੇ ਵਾਲੇ ਨੇ ਗਾਣਾ ਚਲਾਤਾ ਆ ਸੁਣੋ ਜਰਾ ਦੇਖੋ ਜੀ ਤੇਰੇ ਹੱਥ ਦੇ ਵਿਚ ਮਾਈਕ ਸੀ ਤੂੰ ਉਸੇ ਟਾਈਮ ਗਾਣਾ ਰੋਕ ਸਕਦਾ ਸੀ ਤੂੰ ਉਸੇ ਟਾਈਮ ਮਾਈਕ ਚ ਬੋਲ ਸਕਦਾ ਸੀ ਪਰ ਜੇ ਮੈਂ ਤੇਰੀ ਜਗ੍ਹਾ ਤੇ ਹੁੰਦਾ ਨਾ ਮੈਂ ਤਾਂ ਉਸੇ ਟਾਈਮ ਡੀਜੇ ਵਾਲੇ ਦੇ ਜੜ ਦਿੰਦਾ ਕਿ ਬਾਈ ਇਸ ਗਾਣੇ ਨੇ ਤਾਂ ਮੇਰੀ ਪੋਜੀਸ਼ਨ ਹੀ ਬੜੀ ਖਰਾਬ ਕੀਤੀ ਤੁਸੀਂ ਸਾਰੇ ਜਾਣੇ ਕੱਟ ਦੋ ਇਹਨੂੰ ਚਲੋ ਖੈਰ ਅੱਗੇ ਚੱਲਦੇ ਹਾਂ ਤੇ ਹੁਣ ਤੂੰ ਸੋਚਦਾ ਹੋਣਾ ਕਿ ਮੈਨੂੰ ਇਹੋ ਜਿਹੇ ਸਵਾਲ ਪੁੱਛਣ ਵਾਲਾ ਇਹ ਹੈ ਕੌਣ ਹੈ ਮੈਂ ਤੈਨੂੰ ਦੱਸ ਦਵਾਂ ਕਿ ਮੈਂ ਦੁੱਕੀ ਤਿੱਕੀ ਉਹ ਜਿਹੜਾ ਤੂੰ ਸਟੇਜ ਤੇ ਨਹੀਂ ਕਹਿੰਦਾ ਮੈਂ ਦੁੱਕੀ ਤਿੱਕੀ ਦੀ ਪਰਵਾਹ ਨਹੀਂ ਕਰਦਾ ਪਰ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਸ਼ਾਇਦ ਤੈਨੂੰ ਨਹੀਂ ਪਤਾ ਕਿ ਤਾਸ਼ ਵਿੱਚ ਇੱਕ ਗੇਮ ਆਉਂਦੀ ਏ ਜਿਹਦੇ ਵਿੱਚ ਦੁੱਕੀ ਤੇ ਤਿੱਕੀ ਚੰਗੇ ਭਲੇ ਬੰਦੇ ਨੂੰ ਭਾਬੀ ਬਣਾ ਕੇ ਰੱਖ ਦਿੰਦੇ ਨੇ ਚਲੋ ਖੈਰ ਹੁਣ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਮੈਂ ਉਹ ਇਨਸਾਨ ਆ ਜਦੋਂ ਪਿਛਲੇ ਮਹੀਨੇ ਤੇਰੇ ਉੱਤੇ ਕੰਟਰੋਵਰਸੀ ਹੋਈ ਨਾ ਉਸ ਟਾਈਮ ਸਭ ਤੋਂ ਪਹਿਲਾਂ ਵੀਡੀਓ ਤੇਰੇ ਉੱਤੇ ਮੈਂ ਬਣਾਈ ਸੀ ਆ ਬੜੀ ਜਿਹਦੇ ਵਿੱਚ ਮੈਂ ਤੈਨੂੰ ਇੱਕ ਸੇਧ ਵੀ ਦਿੱਤੀ ਸੀ ਤੇ ਤੈਨੂੰ ਗਾਂ ਵਾਸਤੇ ਕੀ ਕਰਨਾ ਚਾਹੀਦਾ ਉਹ ਵੀ ਦੱਸਿਆ ਸੀ ਪਰ
ਤੈਨੂੰ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ। ਫਿਰ ਮੈਂ ਤੇਰੇ ਉੱਤੇ ਦੂਜੀ ਵੀਡੀਓ ਤਾਂ ਬਣਾਈ, ਮੈਂ ਉਹ ਇਨਸਾਨ ਆ ਦੁਖੀ ਤਿੱਕੀ ਜਿਹਨੇ ਤੇਰੇ ਮਾਂ ਪਿਓ ਲਈ ਸਟੈਂਡ ਲਿਆ ਸੀ, ਉਹ ਵੀ ਤੈਨੂੰ ਦਿਖਾਉਣਾ। ਤੇ ਉਸ ਦਿਨ ਹਨਾ ਮੈਨੂੰ 102 ਬੁਖਾਰ ਸੀ, ਪਰ ਮੈਂ ਤਵੀ ਤੇਰੇ ਮਾਂ ਪਿਓ ਵਾਸਤੇ ਉੱਠ ਕੇ ਵੀਡੀਓ ਬਣਾਈ। ਆ ਸੁਣ ਲਾ ਜਰਾ ਧਿਆਨ ਨਾਲ, ਮੈਨੂੰ ਇੱਕ ਗੱਲ ਦਾ ਜਵਾਬ ਦੋ ਕਿ ਮੂਸੇ ਵਾਲੇ ਦੇ ਮਾਂ ਬਾਪ ਦੀ ਕਿਹੜੀ ਗਲਤੀ ਆ ਜਿਹੜੀਆਂ ਆਹ ਫੋਟੋਆਂ ਨੈਟ ਦੇ ਉੱਤੇ ਆ ਰਹੀਆਂ। ਮੈਨੂੰ ਇਹਨਾਂ ਦੋਨਾਂ ਬੰਦਿਆਂ ਦੀ ਗਲਤੀ ਦੱਸੋ ਕੀ ਏ। ਆ ਫੋਟੋ ਨੂੰ ਧਿਆਨ ਨਾਲ ਦੇਖੋ ਜਰਾ, ਤੈਨੂੰ ਮੈਂ ਇਹ ਵੀ ਦੱਸਦਾ ਕਿ ਇੱਕ ਪੇਜ ਵਾਲੇ ਨੇ ਤੇਰੇ ਮਾਂ ਦੀ ਫੋਟੋ ਇੰਨੀ ਜਣੀ ਗਲਤ ਬਣਾ ਕੇ ਪੋਸਟ ਕੀਤੀ ਸੀ, ਤੇ ਉਸ ਨੂੰ ਮੈਂ ਹੀ ਮੈਸੇਜ ਕੀਤਾ ਸੀ ਕਿ ਕਾਕਾ ਤੂੰ ਇਹਨੂੰ ਪੋਸਟ ਨੂੰ ਚੱਕ ਲਾ, ਨਹੀਂ ਤਾਂ ਇੰਨਾ ਪੁਰਾਣਾ ਤੇਰਾ ਪੇਜ ਚੱਲਦਾ ਮੈਂ ਤੇਰਾ ਜਲੂਸ ਕੱਢ ਦੂ, ਪਹਿਲਾਂ ਮੇਰੇ ਪੇਜ ਤੇ ਆ ਕੇ ਚੈੱਕ ਕਰ ਲਾ। ਤੇ ਉਹ ਵੀਰ ਅੱਜ ਵੀ ਮੇਰੀ ਕਦਰ ਕਰਦਾ ਔਰ ਉਹਨੇ ਬਾਅਦ ਵਿੱਚ ਜਲਦੀ ਉਸ ਫੋਟੋ ਨੂੰ ਡਿਲੀਟ ਕਰ ਦਿੱਤਾ। ਮੈਂ ਉਹ ਦੁਖੀ ਤੇ ਤਿੱਕੀ ਇਨਸਾਨ ਆ, ਸ਼ਾਇਦ ਤੂੰ ਮੇਰੀ ਕਦਰ ਨਹੀਂ ਜਾਣ ਸਕਦਾ। ਅੱਗੇ ਚੱਲਦੇ ਹਾਂ। ਇੰਨੇ ਵਿਵਾਦਾਂ ਤੋਂ ਬਾਅਦ ਜਦੋਂ ਗਾਣਾ ਵੀ ਕੱਢਿਆ ਰਿਲੀਜ਼ ਕੀਤਾ, ਆਹ ਸੁਣ ਲਓ ਜਰਾ, ਮੈਂ ਤਾਂ ਉਦਣ ਹੀ ਤੇਰੀ ਅਕਲ ਦਾ ਅੰਦਾਜ਼ਾ ਲਾ ਲਿਆ ਸੀ ਕਿ ਤੂੰ ਉਸੇ ਕੁੜੀ ਨੂੰ ਫਿਰ ਆਹ ਸੁਣੋ ਗਾਣਾ, ਤੂੰ ਚੰਗਾ ਗਾਉਣਾ ਨੋ ਡਾਊਟ, ਪਰ ਫੇਰ ਵੀ ਤੂੰ ਆਕੜ ਕੇ ਆਇਆ, ਜਦਕਿ ਤੈਨੂੰ ਤਾਂ ਇਹ ਵੀਡੀਓ ਰਿਲੀਜ਼ ਹੀ ਨਹੀਂ ਕਰਨੀ ਚਾਹੀਦੀ ਸੀ। ਮੈਂ ਚਾਹੁੰਦਾ ਸੀ ਕਿ ਤੂੰ ਇਹ ਵੀਡੀਓ ਕੋਈ ਸਿੰਘ ਤੇ ਸਿੰਘਣੀਆਂ ਸਜਾ ਕੇ ਉਦਾਂ ਕੋਈ ਰਿਲੀਜ਼ ਕਰਦਾ, ਪਰ ਨਹੀਂ, ਤੁਸੀਂ ਸਿਰਫ ਮਨੀ ਮਾਈਂਡਡ ਬੰਦੇ ਹੋ। ਤੇ ਇੰਨਾ ਸਭ ਕੁਛ ਹੋਣ ਤੋਂ ਬਾਅਦ ਜਦੋਂ ਤੇਰਾ ਗਾਣਾ ਆਇਆ ਕਿ ਤੁਸੀਂ ਭੁੱਲ ਜਾਓ, ਉਹ ਦਿਨ ਕਦੇ ਵੀ ਨਹੀਂ ਆਉਣਾ, ਪੁੱਤ ਭੁੱਲ ਜਾਓ, ਆ ਲਓ ਜਾਣੀ ਤੇ ਮੈਂ ਵੀ ਤੈਨੂੰ ਦੱਸਦਾ ਪੁੱਤ ਭੁੱਲ ਜਾ, ਇੱਥੇ ਵੱਡੇ ਵੱਡੇ ਜਾਂਦੇ ਲੱਗੇ ਜਿੱਦਾਂ ਤੂੰ ਹਿੱਟ ਆ ਨਾ ਅੱਜ ਤੋਂ ਪਿਛਲੇ ਸਮਿਆਂ ਦੇ ਵਿੱਚ, ਵੀਰੋ ਚਮਕੀਲਾ ਵੀ ਏਦਾਂ ਹੀ ਹਿੱਟ ਹੋਇਆ ਸੀ, ਸਿਰਫ ਉਦੋਂ ਮੋਬਾਈਲ ਨਹੀਂ ਸੀ, ਨਹੀਂ ਤਾਂ ਤੇਰੇ ਵਾਂਗਰ ਹੀ ਹਿੱਟ ਸੀ ਉਹ। ਪਰ ਉਸ ਬੰਦੇ ਨੇ ਹਨਾ ਧਾਰਮਿਕ ਗੀਤ ਬਹੁਤ ਵਧੀਆ ਗਾਇਆ ਸੀ ਕਿ ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਮੈਂ ਨਹੀਂ ਕਿਸੇ ਤੋਂ ਡਰਦਾ ਹਾਂ, ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ। ਆਹ ਬੜਾ ਗੀਤ, ਪਰ ਮੈਨੂੰ ਤੂੰ ਦੱਸ ਸਿੱਧੂ ਮੂਸੇ ਵਾਲਿਆ ਕਿ ਤੂੰ ਅੱਜ ਤੱਕ ਕਿਹੜਾ ਧਾਰਮਿਕ ਗੀਤ ਸਾਡੇ ਬੱਚਿਆਂ ਲਈ ਗਾਇਆ, ਕੀ ਸੇਧ ਦਿੱਤੀ ਤੇਰੇ ਗਾਣੇ ਬਸ ਗੜਾਸੇ ਤਿੱਖੇ ਕਰੀ ਜਾਂਦੇ ਤੁਸੀਂ। ਤੇ ਇੰਨਾ ਸਭ ਕੁਛ ਤੁਸੀਂ ਪ੍ਰੀ ਪਲੈਨ ਹੁੰਦਾ, ਤੇਰੀ ਐਂਟਰੀ ਹੋਈ ਉਹ ਵੀ ਇੱਕ ਪਲੈਨਿੰਗ ਸੀ, ਫੇਰ ਡੀਜੇ ਉੱਤੇ ਗਾਣਾ, ਮੈਂ ਆਪਣਾ ਕੋਈ ਵੀਡੀਓ ਦਾ ਇੰਨਾ ਕੁ ਕਲਿੱਪ ਕੱਢਦਾ ਮੈਂ ਉਦਾਂ ਹੀ ਪਹਿਚਾਣ ਲੂ, ਤੈਨੂੰ ਸਭ ਪਤਾ ਸੀ ਕਿਉਂਕਿ ਤੈਨੂੰ ਪਤਾ ਲੋਕ ਮੂਰਖ ਨੇ, ਮਾਫੀ ਮੰਗ ਲਓ ਮੰਨ ਜਾਂਦੇ ਨੇ, ਹੁਣ ਵੀ ਮੰਨ ਜਾਣਾ, ਤੈਨੂੰ ਕੋਈ ਫਰਕ ਨਹੀਂ ਪੈਣਾ, ਠੀਕ ਆ। ਪਰ ਤੁਸੀਂ ਸੋਚਦੇ ਆ ਕਿ ਇਹ ਤੁਸੀਂ ਮਾਫੀ ਮੰਗੀ ਏ, ਪਰ ਮੈਂ ਨਹੀਂ ਮੰਨਦਾ। ਹਾਂ, ਇਸ ਵੀਡੀਓ ਚ ਮੈਂ ਤੈਨੂੰ ਜੋ ਕੁਛ ਬੋਲ ਚੁੱਕਾ, ਜੋ ਕੁਛ ਤੈਨੂੰ ਮੈਂ ਕਹਿ ਦਿੱਤਾ ਏ, ਜੇ ਇਸ ਵੀਡੀਓ ਵਿੱਚ ਗਲਤੀ ਮੇਰੀ ਨਿਕਲਦੀ ਏ, ਜਾਣੀ ਆਡੀਅੰਸ ਮੇਰੇ ਵੀਰ ਜੇ ਗਲਤੀ ਮੇਰੀ ਕੱਢਦੇ ਆ ਨਾ, ਤਾਂ ਮੂਸੇ ਵਾਲਿਆ ਤੈਨੂੰ ਮੈਂ ਦੱਸਾਂਗਾ ਕਿ ਅਸਲ ਦੇ ਵਿੱਚ ਮਾਫੀ ਮੰਗੀ ਦੀ ਕਿੱਦਾਂ ਏ। ਇਹ ਤਾਂ ਡਰਾਮੇਬਾਜ਼ੀ ਨਾ ਕਰੋ ਯਾਰ, ਆ ਕੇ ਤੁਸੀਂ ਮਾਫੀ ਏਦਾਂ ਥੋੜੀ ਮੰਗੀ ਜਾਂਦੀ ਏ, ਤੈਨੂੰ ਉਦੋਂ ਮੈਂ ਦੱਸਾਂਗਾ ਕਿ ਮਾਫੀ ਕਿੱਦਾਂ ਮੰਗੀ ਦੀ। ਬਾਕੀ ਵੀਰ ਮੇਰਿਓ, ਫੈਸਲਾ ਤਾਂ ਤੁਸੀਂ ਕਰਨਾ, ਮੇਰੇ ਵੀਰੋ ਤੁਸੀਂ ਸਭ ਨੇ ਕਰਨਾ, ਤੁਸੀਂ ਸਭ ਨੇ ਕਰਨਾ। ਓਕੇ।